ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾ ਸਰਦਾਰ ਮੀਰ ਸਿੰਘ ਜਨਰ ਸੈਕਟਰੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਬੜੇ ਮਾਣ ਔਰ ਖੁਸ਼ੀ ਨਾਲ ਆਪ ਜੀ ਨੂੰ ਦੱਸਣਾ ਚਾ ਰਿਹਾ ਹਾਂ ਕਿ ਪਾਕਿਸਤਾਨ ਸਰਕਾਰ ਐਵੇਕਟ੍ਰਸ ਪ੍ਰਾਪਰਟੀ ਬੋਰਡ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਲਿਆ ਹੈ ਕਿ ਕੋਰੋਨਾ ਮਹਾਮਾਰੀ ਕਰਕੇ ਜੋ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਸੰਗਤਾਂ ਦੇ ਦਰਸ਼ਨਾਂ ਵਾਸਤੇ ਅਰਜੀ ਤੌਰ ਤੇ ਬੰਦ ਹੋਇਆ ਸੀ ਉਹ 2 ਅਕਤੂਬਰ 2020 ਤੋਂ ਖੋਲ ਦਿੱਤਾ ਗਿਆ ਹੈ ਸੋ ਮੈਂ ਦੁਨੀਆ ਪਰ ਵਿੱਚ ਰਹਿਣ ਵਾਲੀਆਂ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਾਂਗਾ ਕਿ ਆਪ ਜੀ ਹਮ ਹਮ ਆ ਕੇ ਪਾਕਿਸਤਾਨ ਆਓ ਨਨਕਾਣਾ ਸਾਹਿਬ ਦੇ ਦਰਸ਼ਨ ਕਰੋ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰੋ ਵਿਸ਼ੇਸ਼ ਤੌਰ ਤੇ ਮੈਂ ਹਿੰਦੁਸਤਾਨ ਵਿੱਚ ਰਹਿਣ ਵਾਲੀਆਂ ਸੰਗਤਾਂ ਪ੍ਰਤੀ ਬੇਨਤੀ ਕਰਾਂਗਾ ਕਿ ਆਪ ਜੀ ਇਸ ਲਾਂਗੇ ذریعے ਵਤਵਤ ਦਰਸ਼ਨ ਦਿਓ ਕਿਉਂਕਿ ਇਹ ਲਾਂਗਾ ਦੋਵਾਂ ਸਰਕਾਰਾਂ ਦੇ ਤਾਲ ਮਿਲ ਨਾਲ ਖੋਲਿਆ ਹੈ ਅਸੀਂ ਪਾਕਿਸਤਾਨ ਸਰਕਾਰ ਤੇ तमाम ਏਡਾਰਿਆਂ ਦੇ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇਸ ਖੋਲਣ ਇਹਦੀ ਖੋਲਣ ਦੇ ਵਿੱਚ ਪਹਿਲੇ ਵੀ ਪਹਿਲ ਕੀਤੀ ਸੀ ਹਨ ਵੀ ਬੈਲ ਕੀਤੀ ਹੈ ਪਾਕਿਸਤਾਨ ਦੇ ਵਿੱਚ ਕਰੋਨਾ ਦੀ ਜਿਹੜੀ ਮਹਾਮਾਰੀ ਹੈ ਉਹਦੀ şiddਤ ਬਹੁਤ ਘੱਟ ਹੈ ਇਹਦੇ باوجود ਸਾਡੀ ਸਰਕਾਰ ਨੇ ਔਰ ਪਾਕਿਸਤਾਨ ਸੇ ਗੁਰਦੁਆਰਾ ਪ੍ਰਬੰਧਨ ਕਮੇਟੀ ਨੇ ਜਿਨੇ ਐਸਓਪੀਜ਼ ਨੇ ਉਹਦਾ ਪ੍ਰਬੰਧ ਕੀਤਾ ਗਿਆ ਹੈ ਔਰ ਉਹਦੇ ਤੇ ਸਖਤੀ ਦੇ ਅਮਲ ਦਰਾਮਦ ਵੀ ਕਰਾਵਾਂਗੇ ਸੋ ਆਪ ਸਭ ਦੇ ਚਰਨਾਂ ਵਿੱਚ ਬੇਨਤੀ ਹੈ ਆਪ ਜੀ ਨੇ ਪਾਕਿਸਤਾਨ ਸੇ ਗੁਰਦੁਆਰਾ ਪ੍ਰਬੰਧਨ ਕਮੇਟੀ ਨੂੰ ਪਾਕਿਸਤਾਨ ਸਰਕਾਰ ਨੂੰ ਸੇਵਾ ਦਾ ਮੌਕਾ ਦੇਣਾ ਹੈ ਆਪ ਨੇ ਹਮ ਹਮਾ ਕੇ ਗੁਰੂ ਕਾਰਾਂ ਦੇ ਦਰਸ਼ਨ ਕਰਨੇ ਹਨ ਪਾਕਿਸਤਾਨ ਆਓ ਇਹ ਆਪ ਜੀ ਦਾ ਕਾਰ ਹੈ ਇਹ ਅਮਨ ਔਰ ਸ਼ਾਂਤੀ ਦਾ ਕਰ ਹੈ ਇਹ ਸਿੱਖਾਂ ਦਾ ਦੂਸਰਾ ਕਰ ਹੈ ਸੋ ਆਪ ਜੀ ਨੇ ਜ਼ਰੂਰ ਆਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ